अमृतसर के वार्ड नंबर 84 विच जसपाल सिंह संधू की अगवाही विच होई नुक्कड़ मीटिंग। इस विच आम आदमी पार्टी के करता जसपाल सिंह संधू ने दस्या कि आम आदमी पार्टी की सरकार आने ते सारियां सुख सहूलतां नूं पहल दे आधार ते लागू की जाएगा। उन्होंने निशाना लगाते हुए सूबा सरकार विच बोलिया कि चाहे हाथ विच गुटका साफ फड़ के कैप्टन अमरिंदर सिंह हुणां वल्लों 100 कसमां खादियां गईयां सन कि एक हफ्ते विच नशा खत्म कर देंगे, पर नशा खत्म तो नहीं होया, सगों पंजाब विच नशे की लहर चारों पासे होर वध गई। इस मौके उन्होंने कहा कि पंजाब विच 300 यूनिट मुफ्त ते 24 घंटे बिजली दी। वार्ड नंबर 84 च आए हाँ जी, अपने भरावां दा प्यार अपने भैणां दा प्यार वेख के इदां लगदा कि जिवें सरकार तां साडी आम आदमी पार्टी दी अज ही बन गई आ। इन्ना सानूं बहुत खुश महसूस हो रहा है क्योंकि मैं अपनी सीनियर लीडरशिप दे नाल इस जिहड़े वार्ड नंबर 84 विच आए हाँ, श्री अमृतपाल सिंह जी सैकटरी वार्ड नंबर 84, श्री अमृतपाल जी वार्ड नंबर 84 दे जिहड़े वार्ड इंचार्ज ने, मोती लाल जी वार्ड नंबर 84 दे जिहड़े ओह ब्लॉक प्रधान ने, होर भी जिहड़े मेरे वीर ब्लॉक प्रधान नाल आए ने, उन्हां सारिआं दा तहे दिलों धन्नवाद करदा आम आदमी पार्टी दे नेतिआं नूं। आम आदमी पार्टी दे जिहड़े सुपने आ असीं उह पूरा करन वास्ते अपनी जय जवाद दे शामिल होए हाँ। असीं यकीन दिवाउणे आ इस एरिए दे लोकां नूं कि जो कुरीतियां ਕਾਂਗਰਸੀਆਂ ਕਾਂਗਰਸੀਆਂ ਨੇ ਸਾਡੇ ਸਮਾਜ ਵਿੱਚ ਸਾਡੇ ਪੰਜਾਬ ਵਿੱਚ ਫੈਲਾਈਆਂ ਹੋਈਆਂ, ਅਸੀਂ ਉਹਨਾਂ ਨੂੰ ਜੜ ਤੋਂ ਖਤਮ ਕਰਾਂਗੇ। ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣ ਤੋਂ ਸਭ ਤੋਂ ਪਹਿਲਾਂ ਬਿਜਲੀ ਦਾ ਮੁੱਦਾ, ਪਾਣੀ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਸਿੱਖਿਆ ਦਾ ਮੁੱਦਾ, ਮੈਡੀਕਲ ਸਹੂਲਤਾਂ ਦਾ ਮੁੱਦਾ ਉੱਤੇ ਪਹਿਲ ਦੇ ਆਧਾਰ 'ਤੇ ਵਰਕ ਕੀਤਾ ਜਾਵੇਗਾ। ਮੈਪਵਰਕ ਸਾਡਾ ਤਿਆਰ ਹੈ, ਬਸ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਮੁੱਦਿਆਂ ਨੂੰ ਹੀ ਉਠਾਇਆ ਜਾਵੇਗਾ। ਕਿੰਨੇ ਪਰਿਵਾਰ ਇਸ ਵੇਲੇ ਤਕਰੀਬਨ 350 ਪਰਿਵਾਰਾਂ ਤੋਂ ਉੱਪਰ ਦੇ ਜਿਹੜੇ ਆ ਸਾਡੇ ਪਰਿਵਾਰ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਆ, ਆਮ ਆਦਮੀ ਪਾਰਟੀ ਦੇ ਸ਼ਾਮਿਲ ਹੋਏ ਆ, ਜਿਨ੍ਹਾਂ ਦੇ ਵਿੱਚ ਲੇਡੀਜ਼ ਵਿੰਗ, ਸ਼੍ਰੀ ਲੇਡੀਜ਼ ਵਿੰਗ ਤੋਂ ਮੈਡਮ ਸੁਖਬੀਰ ਕੌਰ ਜੀ, ਹੋਰ ਵੀ ਅਹੁਦੇਦਾਰ ਮੇਰੇ ਨਾਲ ਪਹੁੰਚੇ ਨੇ। ਮੈਂ ਇਹਨਾਂ ਸਾਰਿਆਂ ਦਾ ਦਿਲੋਂ ਤਾਂ ਧੰਨਵਾਦ ਕਰਦਾ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਪਰਿਵਾਰ ਸ਼ਾਮਿਲ ਹੋਏ ਆ ਉਹਨਾਂ ਦਾ ਦਿਲੋਂ ਸਵਾਗਤ ਕਰਦਾ। ਦੋਹਰੀ ਪਾਰਟੀ ਛੱਡ ਕੇ ਆਮ ਪਾਰਟੀ, ਰਵਾਇਤੀ ਪਾਰਟੀਆਂ ਸਾਰੀਆਂ ਛੱਡੀਆਂ ਜੀ, ਕੁਝ ਅਕਾਲੀ ਨੇ, ਭਾਜਪਾ ਜੀ ਨੇ ਅਤੇ ਕਾਂਗਰਸ ਨੇ। 2022 ਨੂੰ ਇੱਦਾਂ ਵੇਖਦੇ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਜੀ 2022 ਦੇ ਵਿੱਚ ਸਪਸ਼ਟ ਬਹੁਮਤ ਲੈ ਕੇ ਸਰਕਾਰ ਬਣਾਏਗੀ। ਇਲਾਕਾ ਨਾਤੇ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਪੜ੍ਹੇ ਲਿਖੇ ਹੋ, ਸਿਆਣੇ ਹੋ, ਇਹਨਾਂ ਰਵਾਇਤੀ ਪਾਰਟੀਆਂ ਨੂੰ ਛੱਡਦੇ ਹੋਏ ਆਪਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ ਤਾਂ ਕਿ ਜੋ ਸਾਡੇ ਬੱਚਿਆਂ ਦਾ ਭਵਿੱਖ ਵੀ ਸੁਨਹਿਰਾ ਹੋ ਸਕੇ, ਪੰਜਾਬ ਨੂੰ ਦੁਬਾਰਾ ਤੋਂ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਦੇਖਿਆ ਹੋਏਗਾ ਬਹੁਤ ਭਰਵੀ ਲੇਡੀਜ਼ ਦੀ ਮੀਟਿੰਗ ਕੀਤੀ ਗਈ, ਇੱਥੋਂ ਤੱਕ ਕਿ ਸਟੇਜ ਵੀ ਅੱਜ ਜਿਹੜੀ ਆ ਆਪਣੀ ਲੇਡੀਜ਼ ਲਈ ਸਾਂਭੀ ਹੋਈ ਸੀਗੀ। ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਕਿ ਲੇਡੀਜ਼ ਨੂੰ ਇੱਥੇ ਜਿਹੜੀਆਂ ਆਈਆਂ ਸੀ ਮੌਜੂਦਾ, ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਤੁਸੀਂ ਇਸ ਵਾਰ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ, ਅਤੇ ਉਹਨਾਂ ਨੇ ਆਪਣੇ ਮੂੰਹ ਹੀ ਕਿਹਾ ਕਿ ਜਿਹੜੀ ਰਵਾਇਤੀ ਪਾਰਟੀਆਂ ਅਕਾਲੀ ਕਾਂਗਰਸ, ਅਸੀਂ ਤਾਂ ਉਹਨਾਂ ਤੋਂ ਬਹੁਤ ਪਰੇਸ਼ਾਨ ਆ ਗਏ ਹੋਏ ਹਾਂ, ਇਸ ਵਾਰ ਸਾਡੀ ਵੋਟ ਅਤੇ ਸਪੋਰਟ ਆਮ ਆਦਮੀ ਪਾਰਟੀ ਨੂੰ ਹੋਵੇਗੀ। 2022 ਨੂੰ ਦੇਖਦੇ ਹੋਏ ਅਸੀਂ ਇਹੀ ਕਹਾਂਗੇ ਕਿ ਤੁਹਾਨੂੰ ਇਹ ਪੱਕਾ ਵਿਸ਼ਵਾਸ ਦਿਵਾਉਂਦੇ ਹਾਂ ਕਿ 2022 ਵਿੱਚ ਜਿਹੜੀ ਸਰਕਾਰ ਆਮ ਆਦਮੀ ਦੀ ਬਣਨੀ ਪੱਕੀ ਹੈ ਅਤੇ ਪੱਕੀ ਹੈ। ਇਹ ਤੁਸੀਂ ਸਾਡੀਆਂ ਇੱਥੇ ਪਹੁੰਚੀਆਂ ਭੈਣਾਂ ਨੂੰ ਵੀ ਪੁੱਛ ਸਕਦੇ। ਸਾਡੀ ਪਾਰਟੀ ਵਿੱਚ ਬਹੁਤ ਸਾਰੇ ਜਿਹੜੇ ਰਵਾਇਤੀ ਪਾਰਟੀਆਂ, ਤੁਹਾਨੂੰ ਵੀ ਪਤਾ ਹੋਏ